ਹਾਂਜੀ ਨਮਸਕਾਰ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨ ਚੀਚਿੰਗ ਗੁਰੂ ਦੇ ਉੱਤੇ ਤਾਂ ਤੁਹਾਨੂੰ ਪਤਾ ਹੀ ਹੋਣਾ ਅੱਜ ਪੰਜਾਬ ਬੋਰਡ ਦਾ ਜਿਹੜਾ 8ਵੀਂ ਕਲਾਸ ਦਾ ਜਿਹੜਾ ਰਿਜ਼ਲਟ ਆਉਣਾ ਸੀਗਾ ਤਾਂ ਉਹਦਾ ਜਿਹੜਾ ਰਿਜ਼ਲਟ ਹੈ ਉਹ ਡਿਕਲੇਅਰ ਹੋ ਚੁੱਕਿਆ ਹੈ ਤੇ ਤੁਸੀਂ ਆਪਣਾ ਜਿਹੜਾ ਹੈਗਾ pscb.ac.in ਦੀ ਸਾਈਟ ਦੇ ਉੱਤੇ ਜਾ ਕੇ ਆਪਣਾ ਜਿਹੜਾ ਰਿਜ਼ਲਟ ਹੈ ਉਹ ਚੈੱਕ ਆਊਟ ਹੈ ਉਹ ਕਰ ਸਕਦੇ ਹੋ ਤੇ ਜੇਕਰ ਆਪਾਂ ਇੱਥੇ ਪਰਸੈਂਟੇਜ ਦੀ ਗੱਲ ਕਰੀਏ ਕਿੰਨੇ ਪਰਸੈਂਟੇਜ ਜਿਹੜੇ ਬੱਚੇ ਪਾਸ ਹੋਏ ਨੇ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਇਹ 2021 ਦਾ ਡਾਟਾ ਹੈ 2022 ਤੇ 2023 ਦੇ ਵਿੱਚ ਤੁਸੀਂ ਦੇਖ ਸਕਦੇ ਹੋ 298127 ਬੱਚੇ ਅਪੀਅਰ ਹੋਏ ਸੀ 292000 ਜਿਹੜੇ ਪਾਸ ਹੋਏ ਨੇ 98000 98 ਜਿਹੜੇ ਹੈਗੇ ਨੇ ਉਹਨਾਂ ਦੀ ਕੀ ਹੈ ਰੀਪੇਅਰ ਆਈ ਹੈ ਠੀਕ ਹੈ ਜੀ ਪਾਸਡ ਠੀਕ ਹੈ 298000 ਤੇ 292000 ਇਹ 6000 ਜਿਹੜੇ ਬੱਚੇ ਨੇ ਉਹ ਕੀ ਨੇ ਉਹਨਾਂ ਦੀ ਰੀਪੇਅਰ ਜਿਹੜੀ ਹੈਗੀ ਹੈ ਉਹ ਆਈ ਹੈ ਤੇ 99.88 ਜਿਹੜੇ ਪਰਸੈਂਟੇਜ ਆਏ ਸੀ 2021 ਦੇ ਵਿੱਚ 98.25 2022 ਤੇ 98.1% ਜਿਹੜੇ ਆਏ ਨੇ 2023 ਦੇ ਵਿੱਚ ਬੱਚਿਆਂ ਦੇ ਇੱਥੇ ਕੁਝ ਬੱਚਿਆਂ ਦੇ ਨਾਮ ਵੀ ਦੇ ਰੱਖੇ ਨੇ ਜਿਨ੍ਹਾਂ ਨੇ ਟੋਪ ਕੀਤਾ ਹੋਇਆ ਉਹ ਆਪਾਂ ਦੇਖ ਲੈਣੇ ਦੇਖੋ ਰੈਂਕ 1 ਜਿਹੜੀ ਹੈਗੀ ਹੈ ਲਪ੍ਰਿਤ ਕੋਰ ਆਫ گورਨਮੈਂਟ ਗਰਲ ਸੀਨੀਅਰ گورਨਮੈਂਟ ਗਰਲ ਸਕੂਲ ਦੀ ਕੁੜੀ ਹੈ ਜਿਹੜੀ ਮਾਨਸਾ ਤੋਂ ਉਹ ਆਈ ਹੈ ਰੈਂਕ 2 ਵੀ ਆਈ ਹੈ ਗੁਰਨਕੀਰਤ ਕੋਰ ਆਫ گورਨਮੈਂਟ ਗਰਲ ਸਕੂਲ ਮਾਨਸਾ ਰੈਂਕ 3 ਆਈ ਹੈ ਸਮਰਪ੍ਰਿਤ ਕੋਰ ਆਫ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਤਾਂ ਆਪਾਂ ਦੇਖੋ ਪੰਜਾਬ ਚ ਕਹਿੰਦੇ ਆ ਕਿ ਮਾਨਸਾ ਜਿਹੜਾ ਹੈਗਾ ਘੱਟ ਪੜੇ ਲਿਖੇ ਲੋਕ ਉੱਥੇ ਰਹਿੰਦੇ ਨੇ ਪਰ ਤੁਸੀਂ ਦੇਖ ਸਕਦੇ ਹੋ ਕੁੜੀਆਂ ਨੇ ਜਿਹੜੀ ਹੈਗੀ ਹੈ ਮਾਨਸਾ ਦੇ ਜਿਹੜੇ ਦੋ ਦੋ ਕੁੜੀਆਂ ਜਿਹੜੀਆਂ ਮਾਨਸਾ ਨੇ ਇੱਕੇ ਸਕੂਲ ਦੀਆਂ ਉਹਨਾਂ ਨੇ ਇੱਥੇ ਬਾਜੀ ਜਿਹੜੀ ਹੈਗੀ ਹੈ ਉਹ ਮਾਰੀ ਹੈ ਤੇ ਆ 3rd ਕਲਾਸ ਜਿਹੜੀ 3rd ਆਈ ਹੈ ਕੁੜੀ ਇਹ ਹੋਵੇ ਜਿੰਨਾ ਜਿਹੜੀ ਹੈਗੀ ਹੈ ਸੈਲੀਬ੍ਰੇਟ ਕਰ ਰਹੀ ਹੈ ਜਿਹੜੀ ਕੁੜੀ ਲੁਧਿਆਣੇ ਦੀ ਹੈ ਠੀਕ ਹੈ ਜੀ ਤਾਂ ਜਿਹੜਾ ਨੰਬਰ ਆਫ ਹੈ ਤੁਸੀਂ ਮੈਂ ਤੁਹਾਨੂੰ ਦੱਸਦਾ ਕਿੰਨੇ ਬੱਚੇ ਪਾਸ ਹੋਏ ਨੇ ਕਿੰਨੇ ਬੱਚੇ ਜਿਹੜੇ ਹੈਗੇ ਨੇ ਪਰਸੈਂਟੇਜ ਜਿਹੜੇ ਹੈਗੇ ਨੇ ਉਹ ਲੈ ਕੇ ਆਏ ਨੇ ਰਿਜ਼ਲਟ ਜਿਹੜਾ ਲਿੰਕ ਹੈ ਉਹ ਤੇ ਜਾ ਕੇ ਤੁਸੀਂ ਆਪਣਾ pscb.ac.in ਦੇ ਜਾ ਕੇ ਆਪਣਾ ਰਿਜ਼ਲਟ ਜਿਹੜਾ ਉਹ ਡਾਊਨਲੋਡ ਕਰ ਸਕਦੇ ਹੋ ਜਿਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਨੀਤੇ ਨੀਚੇ ਦਿੱਤਾ ਹੋਇਆ ਹੈ ਠੀਕ ਹੈ ਜੀ ਜੇਕਰ ਕਿਸੇ ਦਾ ਰਿਜ਼ਲਟ ਨਹੀਂ ਨਿਕਲ ਰਿਹਾ ਤਾਂ ਉਹ ਨੀਚੇ ਕਮੈਂਟ ਕਰ ਸਕਦਾ ਹੈ ਤਾਂ ਕਿ ਉਹਨੂੰ ਉਹਦਾ ਰਿਜ਼ਲਟ ਜਿਹੜਾ ਉਹ ਮਿਲ ਸਕੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਹੋਰ ਜ਼ਿਆਦਾ ਅਪਡੇਟ ਲਈ ਤੁਸੀਂ ਸਾਡੇ WhatsApp ਤੇ Telegram ਗਰੁੱਪ ਨਾਲ ਜੁਆਇਨ ਹੋ ਸਕਦੇ ਹੋ ਜਿਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ ਧੰਨਵਾਦ